ਅਸੀਂ ਜਨਾਬ ਵੇਖਣ ਆਏ ਹਾਂ ਅਲ ਸਾਦਕ ਐਗਰੋ ਇੰਡਸਟਰੀ ਦਾ ਪਲਾਂਟ। ਜਨਾਬ ਪਤਾ ਲੱਗਾ ਸੀ ਇੱਥੇ ਖੇਲਾਂ ਕੱਢਦਾ ਪਿਆ, ਗਾਜਰਾਂ ਦੀ ਬਜੋਤ ਹੋ ਰਹੀ ਹੈ। ਅਸੀਂ ਜਨਾਬ ਕਿਹਾ ਮੌਕੇ 'ਤੇ ਪਹੁੰਚ ਕੇ ਬਨਫਸੇ ਨਫੀਸ ਵੇਖਦੇ ਹਾਂ ਅਤੇ ਸਫਾਈ ਵੇਖੋ, ਕਿੱਲਿਆਂ ਦੀ ਹਾਈਟ ਵੇਖੋ। ਇਹ ਤਕਰੀਬਨ ਜੀ ਮੇਰਾ ਖਿਆਲ ਆ ਕਿ 2 ਗਿੱਠਾਂ ਤੋਂ ਵੀ ਜ਼ਿਆਦਾ ਜਿਹੜਾ ਇੱਕ ਸਿਆਲ ਜਿਹੜਾ ਨਾ ਜੀ ਉਹ ਬਣ ਲਓ ਜਨਾਬ। ਇਹ 1.5 ਕਿੱਲੇ ਦੇ ਜੇ ਡੰਡੇ ਨੇ ਉਹ ਮੁਕੰਮਲ ਹੋ ਗਏ ਨੇ ਅਤੇ ਇਹ 20 ਮੇਰਾ ਖਿਆਲ ਹੈ ਖਤਮ ਹੋ ਗਿਆ। ਅਤੇ ਇਮਰਾਨ ਮਸੀਹ ਸਾਹਿਬ ਵਾਲੀ ਕਿੰਨਾ ਪੈ ਗਿਆ ਤੁਹਾਡਾ 2 ਕਿੱਲਿਆਂ ਤਾਂ 1.5 ਕਿੱਲੇ ਦਾ ਪਲਾਟ ਕਿੰਨਾ ਵੀ ਤਕਰੀਬਨ ਪੈ ਗਿਆ ਜੀ? 1 ਕਿੱਲੇ ਦੀ ਐਵਰੇਜ ਕਿੰਨੀ ਕੁ ਪੈ ਗਈ? 2.5 ਕਿੱਲੋ ਦੀ ਐਵਰੇਜ ਤਕਰੀਬਨ 1 ਕਿੱਲੇ 'ਤੇ। ਅਤੇ ਸਿਹਾੜ ਤੁਹਾਡੇ ਹਿਸਾਬ ਨਾਲ ਸਹੀ ਬਣਦੇ ਪਏ ਨੇ? ਬੜੇ ਸੋਹਣੇ ਬਣਾਉਂਦੇ, ਦੂਜਿਆਂ ਨਾਲੋਂ ਸਹੀ ਨੇ, ਡੂੰਘੇ ਨੇ ਕੀ ਖੁੱਲ ਕੇ ਜ਼ਰਾ ਗੱਲ ਕਰੋ। ਇੱਧਰ ਸ਼ਰਮਾ ਕਿਉਂ ਰਹੇ ਜੀ? ਇੱਧਰ ਜ਼ਰਾ ਕੈਮਰੇ ਵੱਲ ਵੇਖੋ, ਥੋੜ੍ਹਾ ਧਿਆਨ ਕਰੋ ਇੱਧਰ ਨੂੰ ਜ਼ਰਾ। ਬੜੇ ਸੁਥਰੇ ਬਣਨ ਡੇ ਨੇ ਸਿਹਾੜ, ਦੂਸਰੇ ਰੇਜਰ ਨਾਲੋਂ ਕਾਫੀ ਅੱਛੇ। ਚਲੋ ਸਾਦਕ ਐਗਰੋ ਇੰਡਸਟਰੀ ਦਾ ਜਨਾਬ ਰੇਜਰ ਹੈ। ਵਾਕਈ ਜਨਾਬ ਇਮਰਾਨ ਮਾਨੂ ਦੀ ਗੱਲ ਠੀਕ ਹੈ, ਰੇਜਰ ਇਹ ਸਿਆੜ ਉਸ ਤੋਂ ਭਾਰਾ ਵੀ ਹੈ ਅਤੇ ਉੱਚਾ ਵੀ ਹੈ ਅਤੇ ਇਹਦੀ ਉੱਤੋਂ ਵੀ ਚੜ੍ਹਾਈ ਜਿਹੜੀ ਉਹ ਜ਼ਿਆਦਾ ਬਣਦੀ ਪਈ ਹੈ। ਇਹ ਵੇਖੋ ਜਨਾਬ, ਚੈੱਕ ਕਰੋ ਤੁਸੀਂ, ਤੁਹਾਨੂੰ ਕਿਤੇ ਇੱਧਰ ਉੱਧਰ ਆਉਣ ਦੀ ਜ਼ਰੂਰਤ ਕੋਈ ਨਹੀਂ ਹੈਗੀ। ਤੁਹਾਨੂੰ ਰੇਜਰ ਦੀ ਜ਼ਰੂਰਤ ਹੋਵੇ ਇਸ ਰੇਜਰ ਦੀ, ਪਲਾਂਟਰ ਦੀ, ਤੁਸੀਂ ਜਨਾਬ ਅਲ ਸਾਦਕ ਐਗਰੋ ਇੰਡਸਟਰੀ ਨਨਕਾਣਾ ਸ਼ੇਖਪੁਰਾ ਰੋਡ, ਨਨਕਾਣਾ ਮਾਨਾਵਾਲਾ ਰੋਡ 'ਤੇ ਜਨਾਬ ਮੌਜੂਦ ਹੈ। ਤੁਸੀਂ ਆਓ, ਇਹ ਪਲਾਂਟਰ ਸਿਰਫ ਤੁਹਾਡਾ ਗਾਜਰਾਂ ਦਾ ਬੀਜ ਨਹੀਂ ਜਨਾਬ, ਸ਼ਲਜਮ ਦਾ ਬੀਜ, ਚਕੰਦਰ ਦਾ ਬੀਜ, ਮੂਲੀ ਦਾ ਬੀਜ, ਮੇਥਰੇ ਦਾ ਬੀਜ, ਕਿਸੇ ਕਿਸਮ ਦਾ ਬੀਜ ਜਿਹੜਾ ਤੁਸੀਂ ਕਾਸ਼ਤ ਕਰਨਾ ਜਨਾਬ ਤੁਸੀਂ ਇਸ ਪਲਾਂਟਰ ਦੇ ਨਾਲ ਕਰ ਸਕਦੇ ਹੋ। ਇਸ ਪਲਾਂਟਰ ਦੀਆਂ ਵੀ 2-3 ਕਿਸਮਾਂ ਤਿਆਰ ਕਰ ਰਹੇ ਨੇ, 2 ਖੇਲਾਂ ਦਾ, 2.5 ਖੇਲਾਂ ਦਾ, 3 ਖੇਲਾਂ ਦਾ, ਜਿਸ ਤਰ੍ਹਾਂ ਦਾ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਜਨਾਬ ਤੁਸੀਂ ਤਿਆਰ ਕਰਵਾ ਸਕਦੇ ਜੇ। ਅਲ ਸਾਦਕ ਐਗਰੋ ਇੰਡਸਟਰੀ ਮਾਨਾਵਾਲਾ ਨਨਕਾਣਾ ਰੋਡ 'ਤੇ ਜਨਾਬ ਮੌਜੂਦ ਹੈ। ਅਸੀਂ ਜਨਾਬ ਵੇਖਣ ਆਏ ਹਾਂ ਅਲ ਸਾਦਕ ਐਗਰੋ ਇੰਡਸਟਰੀ ਦਾ ਪਲਾਂਟਰ। ਜਨਾਬ ਪਤਾ ਲੱਗਾ ਸੀ ਇੱਥੇ ਖੇਲਾਂ ਕੱਢਦਾ ਪਿਆ, ਗਾਜਰਾਂ ਦੀ ਬਜੋਤ ਹੋ ਰਹੀ ਹੈ। ਅਸੀਂ ਜਨਾਬ ਕਿਹਾ ਮੌਕੇ 'ਤੇ ਪਹੁੰਚ ਕੇ ਬਨਫਸੇ ਨਫੀਸ ਵੇਖਦੇ ਹਾਂ। ਇਹ ਵੇਖੋ ਜਨਾਬ ਜੀ, ਕੈਮਰਾਮੈਨ ਤੁਹਾਨੂੰ ਵਿਖਾਵੇ ਅਤੇ ਇਹ ਜਨਾਬ ਪਲਾਂਟਰ ਦੀ ਬਿਜਾਈ ਹੋ ਰਹੀ ਹੈ, ਪਲਾਂਟਰ ਦੇ ਨਾਲ ਗਾਜਰਾਂ ਦੀ ਬਿਜਾਈ ਹੋ ਰਹੀ ਹੈ ਜਨਾਬ। ਮੇਰਾ ਖਿਆਲ ਹੈ ਜੀ ਅੱਧੇ ਘੰਟੇ ਦੇ ਵਿੱਚ ਜਿਹੜਾ 1.5 ਕਿੱਲੇ ਦੇ ਡੰਡੇ ਜਿਹੜੇ ਮੁਕੰਮਲ ਹੋ ਚੱਲੇ ਨੇ ਅਤੇ ਸਫਾਈ ਵੇਖੋ, ਕਿੱਲਿਆਂ ਦੀ ਹਾਈਟ ਵੇਖੋ। ਇਹ ਤਕਰੀਬਨ ਜੀ ਮੇਰਾ ਖਿਆਲ ਆ ਕਿ 2 ਗਿੱਠਾਂ ਤੋਂ ਵੀ ਜ਼ਿਆਦਾ ਜਿਹੜਾ ਇੱਕ ਸਿਆਲ ਜਿਹੜਾ ਨਾ ਜੀ ਉਹ ਬਣ ਰਿਹਾ ਵੇ। ਇਹ ਭਾਈ ਹਰੀ ਸਾਡੇ ਮੇਰੇ ਖਿਆਲ ਜ਼ਿਮੀਂਦਾਰ ਉਹ ਨੇ ਜਿਨ੍ਹਾਂ ਇਹ ਪਲਾਂਟਰ ਮੰਗਵਾ ਕੇ ਅਤੇ ਜਨਾਬ ਗਾਜਰਾਂ ਦੀ ਬਜੋਤ ਕਰ ਰਹੇ ਨੇ ਜਨਾਬ। ਇਹ ਜਨਾਬ ਸਾਡੇ ਜ਼ਿਮੀਂਦਾਰ ਨੇ, ਇਹ ਜਿਹੜੇ ਪਲਾਂਟਰ ਜਨਾਬ ਜਿਨ੍ਹਾਂ ਮੰਗਵਾਇਆ, ਮੰਗਵਾ ਕੇ ਅਤੇ ਗਾਜਰਾਂ ਦੀ ਬਜੋਤ ਕਰ ਰਹੇ ਨੇ ਅਤੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਹਾਂਜੀ ਤੁਸੀਂ ਦੱਸੋ, ਕਹਿੰਦੇ ਜੀ ਇਹ ਰੇਜਰ ਨਾਲੋਂ ਜਾਂ ਕੇਰੇ ਨਾਲੋਂ ਸਾਨੂੰ ਤਾਂ ਬਿਹਤਰ ਨਜ਼ਰ ਆ ਰਿਹਾ ਅਤੇ ਪਹਿਲਾ ਸਾਲ ਆ ਅਤੇ ਉਮੀਦ ਹੈ ਇਨਸ਼ਾਅੱਲਾ ਅੱਲਾ ਖੈਰੋ ਆਫੀਅਤ ਰੱਖੇ, ਚੰਗਾ ਰਿਜ਼ਲਟ ਰਹੇਗਾ, ਠੀਕ ਗਾਜਰਾਂ ਦੀ ਐਵਰੇਜ ਰਹੇਗੀ। ਸਿਹਾੜ ਨਾਲ ਕਹਿੰਦੇ ਸਿਹਾੜ ਸਿਹੂੜ ਤਾਂ ਬੜਾ ਡੂੰਘਾ ਜੀ ਅਤੇ ਜਿੱਦਾਂ ਡੂੰਘਾ ਸਿਹਾੜ ਹੁੰਦਾ ਉਹਨੂੰ ਗਾਜਰ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਅਤੇ ਉਹ ਜਨਾਬ ਅਸੀਂ ਟਰੈਕਟਰ ਦਾ ਇੰਤਜ਼ਾਰ ਕਰ ਰਹੇ ਹਾਂ ਜੇ ਫੇਰਾ ਲੈ ਕੇ ਇਹਨੂੰ ਆਵੇ ਅਤੇ ਵੇਖੀਏ ਵੀ ਆ ਸਾਈਡ ਵਾਲਾ ਕੰਮ ਕਿਸ ਤਰ੍ਹਾਂ ਬਣਦਾ ਵੇ। ਲਓ ਜਨਾਬ, ਇਹ 1.5 ਕਿੱਲੇ ਦੇ ਜੇ ਡੰਡੇ ਨੇ ਉਹ ਮੁਕੰਮਲ ਹੋ ਗਏ ਨੇ ਅਤੇ ਇਹ 20 ਮੇਰਾ ਖਿਆਲ ਹੈ ਖਤਮ ਹੋ ਗਿਆ ਅਤੇ ਇਮਰਾਨ ਮਸੀਹ ਸਾਹਿਬ ਵਾਲਾ ਬਲੋਲੀਆਂ ਤੋਂ ਇਹ 20 ਪਾ ਰਹੇ ਨੇ ਅਗਲੇ। ਆਹ ਮੇਰਾ ਖਿਆਲ ਹੈ ਕਿ 2 ਕਿੱਲਿਆਂ ਦਾ ਪਲਾਟ ਇਹਦੇ ਵਾਸਤੇ 20 ਪਾ ਰਹੇ ਨੇ ਅਤੇ ਇਹ ਬੜੇ ਮਸਰੂਫ ਦਿਖਾਈ ਦੇ ਰਹੇ ਨੇ ਜੇ ਕੈਮਰਾਮੈਨ ਇਮਰਾਨ ਸਾਹਿਬ ਅਤੇ ਕੈਮਰਾ ਮਾਰੇ ਅਤੇ ਬੜੇ ਮਸਰੂਫ ਦਿਖਾਈ ਦੇ ਰਹੇ ਨੇ ਅਤੇ ਇਹ 20 ਤੋਂ ਤਾਂ ਵਿਹਲੇ ਹੁੰਦੇ ਆ ਅਤੇ ਫਿਰ ਇਹਨਾਂ ਨੂੰ ਪੁੱਛਦੇ ਹਾਂ ਵੀ ਕਿੰਨਾ ਕੁ 20 ਪੈ ਗਿਆ 1.5 ਕਿੱਲੇ ਦੇ ਵਿੱਚ ਅਤੇ ਕੀ ਇਹਨਾਂ ਦਾ ਖਿਆਲ ਹੈ ਔੜਿਆਂ ਦੇ ਬਾਰੇ, ਖੇਲਾਂ ਦੇ ਬਾਰੇ। ਕਹਿ ਰਹੇ ਸਨ ਵੀ ਖੇਲਾਂ ਥੋੜ੍ਹੀਆਂ ਜਿਹੀਆਂ ਗਿੱਲੀਆਂ ਨੇ ਅਤੇ ਇਸ ਜਿਹੜਾ ਇਹ ਜਿਹੜਾ ਪਲਾਟ ਹੈ ਇਹਦੀਆਂ ਖੇਲਾਂ ਜਿਹੜੀਆਂ ਜ਼ਿਆਦਾ ਬਿਹਤਰ ਅਤੇ ਅੱਛੇ ਤਰੀਕੇ ਨਾਲ ਨਿਕਲਣਗੀਆਂ, ਅੱਛੇ ਤਰੀਕੇ ਨਾਲ ਬਣਨਗੀਆਂ ਕਿਉਂਕਿ ਪਹਿਲੀ ਵੀ ਥੋੜ੍ਹੀ ਮਹਿਰਾ ਜਿਹੀ ਜ਼ਿਆਦਾ ਹੈ ਅਤੇ ਇਹਦਾ ਬੱਤਰ ਵੀ ਉਹਦੇ ਨਾਲੋਂ ਜਿਹੜਾ ਠੀਕ ਹੈਗਾ ਜੀ। ਇਮਰਾਨ ਭਾਈ
ਹਾਂ ਇਹਦੇ ਹਥਿਆਰ ਤੋਂ ਇਹ ਬੀਜ ਕਿੰਨਾ ਪੈ ਗਿਆ ਤੁਹਾਡਾ ਦੋਵਾਂ ਕਿੱਲਿਆਂ ਤਾਂ ਡੇਢ ਕਿੱਲੇ ਦਾ ਪਲਾਟ ਕਿੰਨਾ ਬੀਜ ਤਕਰੀਬਨ ਪੈ ਗਿਆ ਜੀ? ਇੱਕ ਕਿੱਲੇ ਦੀ ਐਵਰੇਜ ਕਿੰਨੀ ਕੁ ਪੈ ਗਈ? ਢਾਈ ਕਿੱਲੋ ਢਾਈ ਕਿੱਲੋ ਦੀ ਐਵਰੇਜ ਤਕਰੀਬਨ ਇੱਕ ਕਿੱਲੇ 'ਤੇ ਅਤੇ ਸਿਹਾੜ ਸਿਹਾੜ ਤੁਹਾਡੇ ਹਿਸਾਬ ਨਾਲ ਸਹੀ ਬਣਦੇ ਪਏ ਨੇ? ਬੜੇ ਸੋਹਣੇ ਬਣਾਉਂਦੇ ਆ, ਦੂਜਿਆਂ ਨਾਲੋਂ ਸਹੀ ਨੇ, ਡੂੰਘੇ ਨੇ ਕੀ? ਖੁੱਲ੍ਹ ਕੇ ਜ਼ਰਾ ਗੱਲ ਕਰੋ, ਇੱਧਰ ਸ਼ਰਮਾ ਕਿਉਂ ਰਹੇ ਜੀ? ਇੱਧਰ ਜ਼ਰਾ ਕੈਮਰੇ ਵੱਲ ਵੇਖੋ, ਥੋੜ੍ਹਾ ਧਿਆਨ ਕਰੋ ਇੱਧਰ ਨੂੰ ਜ਼ਰਾ। ਸੁਥਰੇ ਬਣਾਉਂਦੇ ਨੇ ਹਥਿਆੜ, ਹੈ ਦੋ ਤਰੇ ਰੇਜਰ ਨਾਲੋਂ ਕਾਫ਼ੀ ਅੱਛੇ। ਚਲੋ ਆ ਜੀ, ਆ ਮਾਸ਼ਾਅੱਲਾ ਅਗਲਾ ਜਿਹੜਾ ਪਲਾਟ ਇਹ ਸ਼ੁਰੂ ਹੋਣ ਲੱਗਾ, ਆਹ ਸਾਡੇ ਡਰਾਈਵਰ ਸਾਹਿਬ ਨੇ ਮੀਆਂ ਕੀਪੂ ਰਹਿਮਾਨ ਸਾਹਿਬ, ਇਹ ਧੁੱਪ ਅਤੇ ਗਰਮੀ ਤੋਂ ਬੜੇ ਪਰੇਸ਼ਾਨ ਨੇ ਇਸ ਟਾਈਮ। ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਜ਼ਰਾ ਗੱਡੀ ਚਲਾਓ ਤਾਂ ਕਿ ਅਸੀਂ ਥੋੜ੍ਹੀ ਜਿਹੀ ਵੀਡੀਓ ਹੋਰ ਬਣਾ ਲਈਏ, ਲੇਕਿਨ ਉਹ ਪਤਾ ਨਹੀਂ ਕਹਿ ਰਹੇ ਵੀ ਬੋਤਲ ਆਏਗੀ ਤਾਂ ਫੇਰ ਮੈਂ ਗੱਡੀ 'ਤੇ ਬਹਿਣਾ, ਕੋਈ ਇਹੋ ਜਿਹੀ ਗੱਲ ਜਿਹੜੀ ਉਹ ਸੁਣਨ 'ਚ ਨਜ਼ਰ ਆ ਰਹੀ ਹੈ। ਅਤੇ ਅਤੀਕ ਸਾਹਿਬ ਜ਼ਰਾ ਬਿਹੋ ਹਾਂ ਜ਼ਰਾ ਗੱਡੀ 'ਤੇ ਥੋੜ੍ਹੇ ਜਿਹੇ, ਮਤਲਬ ਅਸੀਂ ਇਹ ਪਿਆਲੀ ਦਾ ਵੀ ਰਿਜ਼ਲਟ ਵੇਖ ਲਈਏ ਆਪਣੇ ਰੇਜਰ ਦਾ, ਸਾਦਕ ਐਗਰੋ ਇੰਡਸਟਰੀ ਦੇ ਰੇਜਰ ਦਾ ਵੀ ਕੀ ਸੂਰਤ ਹਾਲ ਬਣਦੀ ਪਈ ਹੈ। ਇਹ ਜਨਾਬ ਇਮਰਾਨ ਸਾਹਿਬ ਕਹਿ ਰਹੇ ਨੇ ਵੀਹੇ ਦੇ ਵਿੱਚ ਵੀ ਚੈੱਕ ਕਰਨਾ ਬੀਜ ਵੀ ਕਿੰਨਾ ਬੀਜ ਪਿਆ, ਇੱਕ ਕਿਲੋ ਪੈ ਰਿਹਾ ਜਾਂ ਸਵਾ ਕਿਲੋ ਪੈ ਰਿਹਾ, ਕਿਉਂਕਿ ਪਿਛਲਾ ਦਿਨ ਡੇਢ ਕਿੱਲੇ ਦੇ ਹਿਸਾਬ ਨਾਲ ਬੀਜ ਪਾਇਆ ਸੀ, ਢਾਈ ਕਿਲੋ ਦੇ ਹਿਸਾਬ ਨਾਲ ਜਿੰਨਾ ਉਹ ਬੀਜ ਭਰਦਾ ਸੀ। ਅਤੇ ਆਹ ਜਨਾਬ ਪ੍ਰਤੀਕ ਸਾਹਿਬ ਜਨਾਬ ਚਲਾਉਣ ਲੱਗੇ ਨੇ, ਰੇਜਰ ਮਾਰਨ ਲੱਗੇ ਨੇ, ਅਤੇ ਇਹ ਵੇਖਦੇ ਹਾਂ ਜੀ ਇਹਦੇ ਸਿਹਾੜਾਂ ਦਾ ਅਤੇ ਉਹਦੇ ਸਿਹਾੜਾਂ ਦਾ ਵਾਕਿਆ ਕੋਈ ਫਰਕ ਹੈ ਆ ਜਾਂ ਨਹੀਂ ਹੈ। ਇਹ ਜਨਾਬ ਡਰਾਈਵਰ ਨੇ ਤੀਕੋ ਰਹਿਮਾਨ ਸਾਹਿਬ, ਬੜੇ ਬੰਬ ਡਰਾਈਵਰ ਇਹਨਾਂ ਨੂੰ ਆਖਿਆ ਜਾਂਦਾ ਆ। ਇੱਥੇ ਕਿਤੇ ਬੰਗਲੇ ਵੀ ਉੱਡਦੇ ਫਿਰਦੇ ਸਨ, ਉਹ ਦੂਰ ਚਲੇ ਗਏ, ਨਹੀਂ ਤਾਂ ਤੁਹਾਨੂੰ ਉਹ ਵੀ ਵਿਖਾਉਂਦੇ। ਅਤੇ ਇਹ ਜਨਾਬ ਸ਼ੁਰੂ ਹੋਣ ਲੱਗਾ ਰੇਜਰ, ਇਹ ਸਾਦਕ ਐਗਰੋ ਇੰਡਸਟਰੀ ਦਾ ਜਨਾਬ ਰੇਜਰ, ਇਹ ਵਾਕਈ ਜਨਾਬ ਇਮਰਾਨ ਮਾਨੂ ਦੀ ਗੱਲ ਠੀਕ ਹੈ, ਰੇਜਰ ਇਹ ਸਿਆੜ ਉਸ ਤੋਂ ਭਾਰਾ ਵੀ ਹੈ ਅਤੇ ਉੱਚਾ ਵੀ ਹੈ, ਅਤੇ ਇਹਦੀ ਉੱਤੋਂ ਵੀ ਚੜ੍ਹਾਈ ਜਿਹੜੀ ਉਹ ਜ਼ਿਆਦਾ ਬਣਦੀ ਪਈ ਹੈ। ਇਹ ਵੇਖੋ ਜਨਾਬ, ਚੈੱਕ ਕਰੋ ਤੁਸੀਂ, ਤੁਹਾਨੂੰ ਕਿਤੇ ਇੱਧਰ ਉੱਧਰ ਆਉਣ ਦੀ ਜ਼ਰੂਰਤ ਕੋਈ ਨਹੀਂ ਹੈਗੀ, ਤੁਹਾਨੂੰ ਰੇਜਰ ਦੀ ਜ਼ਰੂਰਤ ਹੋਵੇ ਇਸ ਰੇਜਰ ਦੀ ਪਲਾਂਟਰ ਦੀ, ਤੁਸੀਂ ਜਨਾਬ ਅਲਸਾਦਕ ਐਡਰੋ ਐਗਰੋ ਇੰਡਸਟਰੀ ਨਨਕਾਣਾ ਸ਼ੇਖਪੁਰਾ ਰੋਡ, ਨਨਕਾਣਾ ਮਾਨਾਵਾਲਾ ਰੋਡ 'ਤੇ ਜਨਾਬ ਮੌਜੂਦ ਹੈ, ਤੁਸੀਂ ਆਓ। ਇਹ ਪਲਾਂਟਰ ਸਿਰਫ ਤੁਹਾਡਾ ਗਾਜਰਾਂ ਦਾ ਬੀਜ ਨਹੀਂ ਜਨਾਬ, ਸ਼ਲਜਮ ਦਾ ਬੀਜ, ਚਿਕੰਦਰ ਦਾ ਬੀਜ, ਮੂਲੀ ਦਾ ਬੀਜ, ਮੇਥਰੇ ਦਾ ਬੀਜ, ਕਿਸੇ ਕਿਸਮ ਦਾ ਬੀਜ ਜਿਹੜਾ ਤੁਸੀਂ ਕਾਸ਼ਤ ਕਰਨਾ ਜਨਾਬ ਤੁਸੀਂ ਇਸ ਪਲਾਂਟਰ ਦੇ ਨਾਲ ਕਰ ਸਕਦੇ ਹੋ। ਇਸ ਪਲਾਂਟਰ ਦੀਆਂ ਵੀ ਦੋ ਤਿੰਨ ਕਿਸਮਾਂ ਤਿਆਰ ਕਰ ਰਹੇ ਨੇ, ਦੋ ਖੇਲਾਂ ਦਾ, ਢਾਈ ਖੇਲਾਂ ਦਾ, ਤਿੰਨ ਖੇਲਾਂ ਦਾ, ਜਿਸ ਤਰ੍ਹਾਂ ਦਾ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਜਨਾਬ ਤੁਸੀਂ ਤਿਆਰ ਕਰਵਾ ਸਕਦੇ ਜੇ ਅਲਸਾਦਕ ਐਗਰੋ ਇੰਡਸਟਰੀ ਮਾਨਾਵਾਲਾ ਨਨਕਾਣਾ ਰੋਡ 'ਤੇ ਜਨਾਬ ਮੌਜੂਦ ਹੈ। ਅਤੇ ਇਸ ਵੀਡੀਓ ਦੇ ਐਂਡ 'ਤੇ ਤੁਹਾਨੂੰ ਨੰਬਰ ਵੀ ਮਿਲ ਜਾਏਗਾ। ਬਹੁਤ ਸ਼ੁਕਰੀਆ ਜੀ, ਅਸਲਾਮੁਅਲੈਕੁਮ।